ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਜਥਿਆਂ ਲਈ ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਪ੍ਰਕਿਰਿਆ ਲਈ ਭੇਜ ਦਿੱਤੇ ਗਏ ਨੇ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਦੱਸਿਆ ਹੈ ਕਿ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਲਾਹੌਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ 9 ਜੂਨ ਨੂੰ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੰਬੰਧੀ ਹੋਣ ਵਾਲੇ ਸਮਾਗਮ ਲਈ 21 ਜੂਨ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਥਾ ਰਵਾਨਾ ਕੀਤਾ ਜਾਵੇਗਾ। ਜੇਕਰ ਸ਼੍ਰੋਮਣੀ ਕਮੇਟੀ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਵੀਜ਼ੇ ਜਾਰੀ ਹੁੰਦੇ ਨੇ ਤਾਂ ਜਥੇ ਪਾਕਿਸਤਾਨ ਦੇ ਗੁਰਧਾਮਾਂ ਲਈ ਰਵਾਨਾ ਕੀਤੇ ਜਾਣਗੇ। ਉਹਨਾਂ ਭੇਜੇ ਗਏ ਪਾਸਪੋਰਟਾਂ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਲਈ 81 ਅਤੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ 82 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲੱਗਣ ਲਈ ਅੰਬੈਸੀ ਕੋਲ ਭੇਜੇ ਗਏ ਨੇ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ 'ਤੇ ਜਿਹੜਾ ਜਥਾ 9/6/18 ਤੋਂ ਲੈ ਕੇ 18/6/18 ਤੀਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵੀਜ਼ੇ ਵਾਸਤੇ ਅੰਬੈਸੀ ਨੂੰ ਕਿਹਾ ਹੈ। ਇਹ ਵੀਜ਼ਾ ਜਿਹੜਾ ਇਸੇ ਕਰ ਪਿਛਲੇ ਸਾਲਾਂ 'ਚ ਵੀ ਮਤਲਬ ਥੋੜ੍ਹਾ ਜਿਹਾ ਕੈਲੰਡਰ ਦੀ ਵਜ੍ਹਾ ਕਾਰਨ ਜਥਾ ਜਿਹੜਾ ਨਹੀਂ ਜਾ ਸਕਿਆ। ਪਾਕਿਸਤਾਨ ਸਰਕਾਰ ਆਪਣੇ ਤਰੀਕੇ ਨਾਲ ਵਜਿੱਦ ਆ ਜਾਂ ਉੱਥੋਂ ਦੇ ਪ੍ਰਬੰਧਕ ਜਿਹੜੇ ਆਪਣੇ ਤਰੀਕੇ ਨਾਲ ਵਜਿੱਦ ਨੇ, ਜਿਹਦੇ ਕਰਕੇ ਮਤਲਬ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਪੁਰਬ ਜਿਹੜੇ ਆ ਸਹੀ ਸਮੇਂ ਅਨੁਸਾਰ ਉੱਥੇ ਮਨਾਉਣ 'ਤੇ ਦਿੱਕਤ ਪੇਸ਼ ਆਉਂਦੀ ਰਹੀ ਹੈ। ਔਰ 3-4 ਸਾਲ ਤੋਂ ਵੀਜ਼ਾ ਜਿਹੜਾ ਹੈ ਉਹ ਸਾਡਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਹੀਦੀ ਪੁਰਬ 'ਤੇ ਜਥਾ ਜਿਹੜਾ ਸੀ ਨਹੀਂ ਸੀ ਜਾ ਸਕਿਆ। ਇਸ ਵਾਰ ਵੀ ਜਿਹੜਾ ਜਥਾ ਆ ਉਹ ਸ਼ਹੀਦੀ ਪੁਰਬ 'ਤੇ ਜਾਣ ਵਾਸਤੇ ਸਾਡੇ ਕੋਲ ਕੋਈ ਅੰਦਾਜ਼ਨ 118 ਐਪਲੀਕੇਸ਼ਨਾਂ ਸਾਡੇ ਕੋਲ ਪੁੱਜੀਆਂ ਨੇ, 81 ਐਪਲੀਕੇਸ਼ਨਾਂ ਜਿਹੜੀਆਂ ਵੀਜ਼ੇ ਵਾਸਤੇ ਭੇਜੀਆਂ ਨੇ। ਔਰ ਨਾਲ ਹੀ ਮਤਲਬ ਬੇਨਤੀ ਕੀਤੀ ਗਈ ਹੈ ਕਿ ਜਿਹੜੀਆਂ ਤਰੀਕਾਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਪੁਰਬ ਲਈ ਆਉਂਦੀਆਂ ਨੇ ਉਹਦੇ ਅਨੁਸਾਰ ਹੀ ਪਾਕਿਸਤਾਨ ਅੰਬੈਸੀ ਜਿਹੜੀ ਆ ਉਹ ਵੀਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਵੇ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਤਰੀਕਾਂ ਅਨੁਸਾਰ ਵੀਜ਼ਾ ਨਹੀਂ ਮਿਲਦਾ, ਜੇ ਪੁਰਬ ਸਮੇਂ ਅਨੁਸਾਰ ਸਾਨੂੰ ਉੱਥੇ ਮਨਾਉਣ ਦਾ ਮੌਕਾ ਨਹੀਂ ਮਿਲਦਾ, ਤਾਂ ਇਹ ਪਾਕਿਸਤਾਨ ਜਿਹੜਾ ਜਾਣ ਵਾਲਾ ਜਥਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੇਜਣ 'ਚ ਅਸਮਰਥ ਹੋਏਗੀ। ਦੂਸਰਾ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਸਲਾਨਾ ਯਾਦ ਜਿਹੜੀ ਆ ਬਰਸੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾਂਦਾ ਹੈ, ਉਸ ਵਾਸਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 21/6/18 ਤੋਂ ਲੈ ਕੇ 30/6/18 ਤੀਕ ਜਿਹੜਾ ਹੈ ਉਹ ਵੀਜ਼ਾ ਮੰਗਿਆ ਗਿਆ ਹੈ। ਔਰ 106 ਐਪਲੀਕੇਸ਼ਨਾਂ ਜਿਹੜੀਆਂ ਸਾਡੇ ਕੋਲ ਪੁੱਜੀਆਂ ਸੀਗੀਆਂ ਅਤੇ 82 ਐਪਲੀਕੇਸ਼ਨਾਂ ਜਿਹੜੀਆਂ ਉਹ ਵੀਜ਼ੇ ਵਾਸਤੇ ਮਸ਼ਹੂਰ ਹੋਈਆਂ ਨੇ।